ਮਾਪਿਆਂ ਨੂੰ ਮਿਲਿਆ 22 ਸਾਲ ਪਹਿਲਾਂ ਗੁੰਮਿਆ ਪੁੱਤ। ਆਪਣੇ ਬੱਚੇ ਨੂੰ ਵੇਖ ਕੇ ਨਹੀਂ ਰੁਕੇ ਮਾਂ ਦੇ ਹੰਝੂ। 7 ਸਾਲ ਦੀ ਉਮਰ ਚ ਵਿਛੜ ਗਿਆ ਸੀ ਪਰਿਵਾਰ ਤੋਂ। ਪਰਿਵਾਰ ਲਈ ਮਸੀਹਾ ਬਣ ਕੇ ਆਇਆ ਇਹ SI। ਖੁਸ਼ੀ ਕੀ ਹੁੰਦੀ ਹੈ ਇਸ ਪਰਿਵਾਰ ਤੋਂ ਪੁੱਛੋ, ਜਿਨ੍ਹਾਂ ਨੂੰ ਇਹਨਾਂ ਦਾ 22 ਸਾਲ ਪਹਿਲਾਂ ਗੁਆਚਿਆ ਪੁੱਤ ਮਿਲਿਆ, ਜਿਸ ਨੂੰ ਪਾ ਕੇ ਇਹਨਾਂ ਦੇ ਹੰਝੂ ਨਹੀਂ ਰੁਕੇ। ਇੰਨੇ ਸਾਲ ਤੋਂ ਗੁੰਮੇ ਆਪਣੇ ਬੱਚੇ ਨੂੰ ਵੇਖ ਇਹਨਾਂ ਦੀ ਖੁਸ਼ੀ ਦਾ ਠਿਕਾਣਾ ਨਹੀਂ ਰਿਹਾ। ਜਦੋਂ ਇਹ ਆਸ ਛੱਡੀ ਬੈਠੇ ਸੀ ਤਾਂ ਉਸੇ ਸਮੇਂ ਇੱਕਦਮ ਇਹਨਾਂ ਦਾ ਬੱਚਾ ਇਹਨਾਂ ਦੀਆਂ ਅੱਖਾਂ ਸਾਹਮਣੇ ਆ ਗਿਆ ਤੇ ਮਾਂ ਨੇ ਆਪਣੇ ਪੁੱਤ ਨੂੰ ਗਲ ਲਾ ਲਿਆ ਤੇ ਇਸ ਮਾਂ ਦੇ ਹੰਝੂ ਨਹੀਂ ਰੁਕੇ, ਜਿਸ ਤੋਂ ਬਾਅਦ ਪੂਰਾ ਪਰਿਵਾਰ ਇਕੱਠਾ ਹੋ ਜਾਂਦਾ ਹੈ ਤੇ ਸਾਰੇ ਹੈਰਾਨ ਹੋ ਜਾਂਦੇ ਨੇ। ਦੱਸਦੇ ਕਿ ਅਮਿਤ 22 ਸਾਲ ਪਹਿਲਾਂ ਆਪਣੇ ਪਰਿਵਾਰ ਤੋਂ ਵਿਛੜ ਗਿਆ ਸੀ। ਜਦੋਂ ਉਸਦੀ ਉਮਰ ਸਿਰਫ 7 ਸਾਲ ਦੀ ਸੀ ਤਾਂ ਆਪਣੇ ਪਿਤਾ ਦੇ ਨਾਲ ਇਹ ਦੂਸਰੇ ਸ਼ਹਿਰ ਗਿਆ ਸੀ ਜਿੱਥੇ ਇਹ ਗੁੰਮ ਜਾਂਦਾ ਹੈ। ਤਾਂ ਪਰਿਵਾਰ ਦੇ ਵੱਲੋਂ ਇਸ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਇਸ ਦਾ ਕੋਈ ਵੀ ਪਤਾ ਨਹੀਂ ਲੱਗਦਾ। ਤਾਂ 7 ਸਾਲ ਦਾ ਇਹ ਬੱਚਾ ਭਟਕਦਾ ਭਟਕਦਾ 2003 ਦੇ ਵਿੱਚ ਚਿਲਡਰਨ ਹੋਮ ਅਲੀਪੁਰ ਦਿੱਲੀ ਆ ਗਿਆ, ਜਿੱਥੇ ਉਸਦੀ ਪਰਵਰਿਸ਼ ਵੱਖ ਵੱਖ ਬਾਲ ਪਰਵਰਿਸ਼ ਘਰਾਂ ਦੇ ਵਿੱਚ ਹੋਈ। ਤਾਂ ਇਹ ਫਿਰ 1 ਮਹੀਨਾ ਨੌਕਰੀ ਕਰਦਾ ਤੇ 1 ਮਹੀਨਾ ਆਪਣੇ ਪਰਿਵਾਰ ਨੂੰ ਲੱਭਣ ਲੱਗਦਾ। ਇਸ ਨੂੰ ਆਪਣੇ ਘਰ ਬਾਰੇ ਸਿਰਫ 2 ਚੀਜ਼ਾਂ ਹੀ ਯਾਦ ਸੀ ਕਿ ਉਸਦੇ ਪਿੰਡ ਦੇ ਵਿੱਚ ਕੋਲੂ ਚੱਲਦੇ ਨੇ ਤੇ 1 ਉਸਨੂੰ ਬਾਲ ਚੌਂਕ ਯਾਦ ਸੀ। ਜਿਸ ਤੋਂ ਬਾਅਦ ਉਹ 2019 ਚ ਇਸ ਸੰਬੰਧੀ 1 ASI ਰਜੇਸ਼ ਕੁਮਾਰ ਨਾਲ ਗੱਲਬਾਤ ਕਰਦਾ, ਜਿਸ ਤੋਂ ਬਾਅਦ ਉਹ 2019 ਚ ਇਸ ਸੰਬੰਧੀ ASI ਰਜੇਸ਼ ਕੁਮਾਰ ਨਾਲ ਗੱਲਬਾਤ ਕਰਦਾ। ਤਾਂ ਫਿਰ ਉਹ ਅਮਿਤ ਦੀ ਮਦਦ ਕਰਨ ਦੇ ਲਈ ਉਸਦੇ ਪਰਿਵਾਰ ਦੀ ਭਾਲ ਸ਼ੁਰੂ ਕਰ ਦਿੰਦੇ ਨੇ। ਤਾਂ ਕਾਫੀ ਕੋਸ਼ਿਸ਼ ਤੋਂ ਬਾਅਦ ਉਹਨਾਂ ਨੂੰ ਇਸ ਸੰਬੰਧੀ ਕੋਈ ਵੀ ਸਫਲਤਾ ਨਹੀਂ ਮਿਲੀ। ਤਾਂ ਉਹਨਾਂ ਨੇ ਅਜਿਹੇ ਪਿੰਡ ਦੀ ਭਾਲ ਕੀਤੀ ਜਿੱਥੇ ਕੋਲੂ ਚੱਲਦੇ ਨੇ। ਤਾਂ ਇਸ ਸੰਬੰਧੀ ਕਈ ਪਿੰਡ ਸਾਹਮਣੇ ਆਏ ਜਿੱਥੇ ਉਹਨਾਂ ਨੇ ਇਸਦੇ ਬਚਪਨ ਦੀ ਫੋਟੋ ਸਰਕੂਲੇਟ ਕੀਤੀ। ਤਾਂ ਬਲਾਚੌਰ ਇੱਕ ਅਜਿਹੀ ਜਗ੍ਹਾ ਸੀ ਜਿੱਥੋਂ ਇੱਕ ਬੰਦਾ ਸਾਹਮਣੇ ਆਇਆ ਤਾਂ ਉਸਨੇ ਦੱਸਿਆ ਕਿ ਇਹ ਸਾਡੇ ਪਿੰਡ ਦਾ ਬੱਚਾ ਹੈ ਜੋ ਕਿ 22 ਸਾਲ ਪਹਿਲਾਂ ਗੁੰਮਿਆ ਸੀ। ਜਿਸ ਤੋਂ ਬਾਅਦ ਇਹ ਅਮਿਤ ਨੂੰ ਉਸਦੇ ਪਰਿਵਾਰ ਦੇ ਨਾਲ ਮਿਲਵਾਉਣ ਦੇ ਲਈ ਲੈ ਕੇ ਜਾਂਦੇ ਨੇ। ਤਾਂ ਇੰਨੇ ਸਾਲਾਂ ਬਾਅਦ ਆਪਣੇ ਬੱਚੇ ਨੂੰ ਵੇਖ ਮਾਂ ਨੇ ਉਸ ਨੂੰ ਗੱਲ ਲਾ ਲਿਆ ਤੇ ਉਸਦੇ ਹੰਝੂ ਨਹੀਂ ਰੁਕੇ। ਤਾਂ ਪਰਿਵਾਰ ਦੇ ਬਾਕੀ ਮੈਂਬਰ ਵੀ ਅਮਿਤ ਨੂੰ ਵੇਖ ਕੇ ਬਹੁਤ ਖੁਸ਼ ਹੋ ਜਾਂਦੇ ਨੇ। ਜਿਸ ਤੋਂ ਬਾਅਦ ਉਹਨਾਂ ਨੇ ASI ਰਜੇਸ਼ ਦਾ ਬਹੁਤ ਧੰਨਵਾਦ ਕੀਤਾ। ਉਹਨਾਂ ਦੀ ਬਦੌਲਤ ਮਾਪਿਆਂ ਨੂੰ ਉਹਨਾਂ ਦਾ 22 ਸਾਲ ਪਹਿਲਾਂ ਗੁਆਚਿਆ ਪੁੱਤ ਮਿਲ ਗਿਆ। ਰਜੇਸ਼ ਨੇ ਦੱਸਿਆ ਕਿ ਉਹ ਹੁਣ ਤੱਕ 800 ਤੋਂ ਵੱਧ ਵਿਛੜੇ ਬੱਚਿਆਂ ਨੂੰ ਉਹਨਾਂ ਦੇ ਪਰਿਵਾਰ ਨਾਲ ਮਿਲਾ ਚੁੱਕੇ ਨੇ।